ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਐਕਸ਼ਨ ਵਿੱਚ ਦਿਖਾਈ ਦੇ ਰਹੀ ਹੈ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਸੂਬੇ ਵਿੱਚ ਸੱਤਾ ਸੰਭਾਲਣ ਦੇ ਮਹਿਜ 5 ਮਹੀਨਿਆਂ ਵਿੱਚ ਹੀ 17,313 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ ਹਨ। ਇੱਥੇ ਪੰਜਾਬ ਪੁਲਿਸ ਵਿੱਚ ਨਵ ਨਿਯੁਕਤ 5,358 ਸਿਪਾਹੀਆਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਾਰੀ ਭਰਤੀ ਪ੍ਰਕਿਰਿਆ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜੀ ਹੈ। ਉਹਨਾਂ ਨੇ ਜ਼ੋਰ ਦੇ ਕੇ ਆਖਿਆ ਕਿ ਇਸ ਭਰਤੀ ਮੁਹਿੰਮ ਦੌਰਾਨ ਸਿਰਫ ਮੈਰਿਟ ਹੀ ਇੱਕੋ ਇੱਕ ਮਾਪਦੰਡ ਸੀ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪੁਲਿਸ ਵਿਭਾਗ ਵਿੱਚ ਖਾਲੀ ਪਈਆਂ 5,539 ਹੋਰ ਅਸਾਮੀਆਂ ਤੇ ਭਰਤੀ ਜਲਦੀ ਸ਼ੁਰੂ ਕੀਤੀ ਜਾਵੇਗੀ। ਪੰਜਾਬ ਵਿੱਚ ਕਾਂਗਰਸ ਪਾਰਟੀ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸਦਾ ਕਾਰਨ ਭਗਵੰਤ ਮਾਨ ਸਰਕਾਰ ਦੀ ਕਾਰਵਾਈ ਹੈ ਜੋ ਕਿ ਸਾਬਕਾ ਕਾਂਗਰਸੀ ਮੰਤਰੀਆਂ ਤੇ ਲਗਾਤਾਰ ਹੋ ਰਹੀ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਾਧੂ ਸਿੰਘ ਧਰਮਸੋਤ ਤੋਂ ਬਾਅਦ ਭਾਰਤ ਭੂਸ਼ਣ ਆਸ਼ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ। ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿੱਲ ਜੇ ਜ਼ਮਾਨਤ ਤੇ ਬਾਹਰ ਹਨ। ਇਸ ਦੇ ਨਾਲ ਹੀ ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਓਪੀ ਸੋਨੀ ਆਪ ਸਰਕਾਰ ਦੇ ਰਡਾਰ ਤੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਗ੍ਰਾਂਟ ਵੰਡ ਦੇ ਮਾਮਲੇ ਵਿੱਚ ਕਾਰਵਾਈ ਦੇ ਰਡਾਰ ਤੇ ਹਨ। ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਜੋਗਿੰਦਰਪਾਲ ਭੋਆ ਨਜਾਇਜ਼ ਮਾਈਨਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੰਚਾਇਤੀ ਫੰਡ ਘੁਟਾਲੇ ਵਿੱਚ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਭੂਮਿਕਾ ਸ਼ੱਕੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਹੁਕਮ ਜਾਰੀ ਕੀਤੇ ਹਨ ਕਿ ਪੰਜਾਬ ਸਰਕਾਰ ਨਵੇਂ ਤਰੀਕੇ ਨਾਲ ਉਹਨਾਂ ਸਾਰੇ ਲੋਕਾਂ ਦੀ ਸੁਰੱਖਿਆ ਦੀ ਦੁਬਾਰਾ ਸਮੀਖਿਆ ਕਰੇ ਜਿਨ੍ਹਾਂ ਦੀ ਸੁਰੱਖਿਆ ਘਟਾਈ ਗਈ ਹੈ। ਅਦਾਲਤ ਨੇ ਕਿਹਾ ਕਿ ਸਮੀਖਿਆ ਕਰਦੇ ਸਮੇਂ ਇਸ ਵਿੱਚ ਰਾਜ ਤੇ ਕੇਂਦਰੀ ਏਜੰਸੀ ਦਾ ਇਨਪੁੱਟ ਲਿਆ ਜਾਣਾ ਚਾਹੀਦਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਦੇ ਨਾਲ ਹੀ ਸਮੀਖਿਆ ਕਰਦੇ ਸਮੇਂ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜਿਸ ਵਿਅਕਤੀ ਨੂੰ ਸੁਰੱਖਿਆ ਦਿੱਤੀ ਜਾਣੀ ਹੈ ਉਸਦਾ ਪੱਖ ਵੀ ਦੇਖਿਆ ਜਾਵੇ। ਬੀਤੀ ਸ਼ਾਮ ਪੰਜਾਬ ਬਿਜ਼ਨਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਕਾਂਗਰਸ ਫੂਡ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਵੱਡਾ ਬਿਆਨ ਸਾਹਮਣੇ ਆਇਆ ਹੈ। ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੇ ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਜਿਸ ਕਿਸੇ ਨੇ ਵੀ ਪੰਜਾਬ ਨੂੰ ਲੁੱਟਿਆ ਹੈ ਉਸ ਤੋਂ ਹਿਸਾਬ ਕਿਤਾਬ ਲਿਆ ਜਾਵੇਗਾ। ਇਹ ਗ੍ਰਿਫਤਾਰੀ ਵੀ ਉਸੇ ਹਿਸਾਬ ਦਾ ਨਤੀਜਾ ਹੈ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਖਿਲਾਫ ਸਬੂਤ ਮਿਲਣਗੇ ਉਹਨਾਂ ਖਿਲਾਫ ਕਾਰਵਾਈ ਹੁੰਦੀ ਹੈ। ਜਦੋਂ ਆਸ਼ੂ ਮੰਤਰੀ ਸੀ ਉਹਨਾਂ ਦਾ ਹੰਕਾਰ ਨਜ਼ਰ ਆਉਂਦਾ ਸੀ, ਉਹ ਸਰਕਾਰੀ ਅਫਸਰਾਂ ਨਾਲ ਕਿਵੇਂ ਗੱਲ ਕਰਦੇ ਸੀ। ਮਾਨ ਨੇ ਕਿਹਾ ਕਿ ਪਹਿਲਾਂ ਆਸ਼ੂ ਚੰਡੀਗੜ੍ਹ ਆ ਕੇ ਕਹਿ ਰਹੇ ਸੀ ਕਿ ਸਾਨੂੰ ਫੜੋ, ਹੁਣ ਫੜ ਲਿਆ ਹੈ। ਪਿਛਲੀ ਵਾਰ ਦੀ ਸੁਰੱਖਿਆ ਕੁਤਾਹੀ ਤੋਂ ਸਬਕ ਲੈਂਦੇ ਹੋਏ ਪੰਜਾਬ ਪੁਲਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਲਕੇ ਪੰਜਾਬ ਫੇਰੀ ਲਈ ਮੋਹਾਲੀ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਪ੍ਰਧਾਨ ਮੰਤਰੀ ਇੱਥੇ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਸਮਾਗਮ ਵਾਲੀ ਥਾਂ ਤੇ 2 ਕਿਲੋਮੀਟਰ ਦੇ ਖੇਤਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਲਾਕੇ ਨੂੰ 9 ਫਲਾਈ ਜ਼ੋਨ ਬਣਾ ਦਿੱਤਾ ਗਿਆ ਹੈ। ਪੂਰੇ ਇਲਾਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪਿਛਲੀ ਵਾਰ ਸੁਰੱਖਿਆ ਦੀ ਢਿੱਲ ਕਾਰਨ ਇਸ ਵਾਰ 7,000 ਦੇ ਕਰੀਬ ਜਵਾਨ ਡਿਊਟੀ ਤੇ ਮੁਸਤੈਦ ਕੀਤੇ ਗਏ ਹਨ। ਬਿਜ਼ਨਸ ਟੀਮ ਨੇ ਫੂਡ ਟਰਾਂਸਪੋਰਟ ਟੈਂਡਰ ਘਪਲੇ ਦੇ ਦੋਸ਼ ਵਿੱਚ ਸਾਬਕਾ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤੇ ਅਦਾਲਤ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 27 ਅਗਸਤ ਤੱਕ ਰਿਮਾਂਡ ਤੇ ਭੇਜ ਦਿੱਤਾ ਹੈ। ਦੱਸ ਦੇ ਕਿ ਸਾਬਕਾ ਮੰਤਰੀ ਨੂੰ ਸੋਮਵਾਰ ਸ਼ਾਮ ਨੂੰ ਲੁਧਿਆਣਾ ਦੇ ਇੱਕ ਸੈਲੂਨ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ। ਇਹ ਜਿਹੜੀਆਂ ਗ੍ਰਿਫਤਾਰੀਆਂ ਨੇ ਇਹ ਉਸੇ ਹਿਸਾਬ ਲੈਣ ਦੇ ਸਿਲਸਿਲੇ ਦੇ ਵਿੱਚ ਹੀ ਕੜੀ ਦਾ ਹਿੱਸਾ ਨੇ। ਕਾਨੂੰਨ ਆਪਣਾ ਕੰਮ ਕਰ ਰਿਹਾ ਕਿ ਕਿੰਨਾ ਵੱਡਾ ਘੁਟਾਲਾ ਹੋਇਆ ਔਰ ਉਹਦੇ 'ਚ ਕੌਣ ਕੌਣ ਅਫਸਰ, ਕਿਹੜੇ ਕਿਹੜੇ ਪੋਲੀਟੀਕਲ ਲੋਕ ਇਨਵੋਲਵ ਸੀ। ਕੱਲ੍ਹ ਹੀ ਤੁਸੀਂ ਦੇਖਿਆ ਹੋਣਾ ਕਿ ਬਰਾਬਰ ਠੇਕੇਦਾਰ ਵੀ ਆਏ ਹੋਏ ਸੀ, ਉਹ ਲੇਬਰ ਵਾਲੇ ਜਿਨ੍ਹਾਂ ਨਾਲ ਧੱਕਾ ਹੋਇਆ। ਸੋ ਇਸ ਕਰਕੇ ਅਸੀਂ ਕੋਈ ਪੋਲੀਟੀਕਲ ਵੈਨੈਂਟਾ ਨਹੀਂ ਕਰ ਰਹੇ। ਉਹ ਕਰਨਾ ਹੁੰਦਾ ਤਾਂ ਅਸੀਂ ਹੁਣ ਤੱਕ ਜਿਤੇ ਮਰਜ਼ੀ ਪਰਚਾ ਕਰ ਲੈਂਦੇ। ਜਿੰਨਾ ਚਿਰ ਸਾਡੇ ਕੋਲ ਕੋਈ ਸਬੂਤ ਨਹੀਂ ਆਉਂਦਾ ਕਿ ਹਾਂ ਇਹਦੇ ਵਿੱਚ ਆਹ ਮੰਤਰੀ ਵੱਲੋਂ ਆਰਡਰ ਹੋਏ ਨੇ ਅਤੇ ਆਹ ਜਿਹੜਾ ਇਨਵੋਲਵਮੈਂਟ ਉਹਦੀ ਰਹੀ ਹੈ, ਉਹਨਾਂ ਚਿਰ ਅਸੀਂ ਕੋਈ ਕਾਰਵਾਈ ਨਹੀਂ ਕਰਦੇ। ਬਾਕੀ ਕਾਨੂੰਨ ਅੱਗੇ ਕਾਰਵਾਈ ਬਦਲੇ ਦੀ ਰਾਜਨੀਤੀ ਨਹੀਂ ਜੀ, ਕਾਨੂੰਨ ਆਪਣਾ ਕੰਮ ਕਰ ਨਹੀਂ ਜੀ। ਉਹ ਤਾਂ ਦੇਖੋ ਉਹਨਾਂ ਦੀ ਲੈਂਗੁਏਜ, ਉਹਨਾਂ ਨੂੰ ਮੁਬਾਰਕ ਹੋਵੇ। ਇਹੋ ਜਿਹੀ ਭਾਸ਼ਾ ਨਹੀਂ, ਉਹਨਾਂ ਦਾ ਇਹ ਹਾਲ ਕੀਤਾ ਜੋ ਧਮਕੀਆਂ ਦਿੰਦੇ ਸੀ ਤੁਸੀਂ ਸੁਣਿਆ ਹੋਣਾ। ਤੁਸੀਂ ਆਸ਼ੂ ਜੀ ਮਿਨਿਸਟਰ ਸੀ ਜਿਸ ਵੇਲੇ, ਉਸ ਵੇਲੇ ਇੱਕ DSP ਨੂੰ ਕੀ ਕਹਿ ਰਹੇ ਸੀ, ਜਾਓ ਕਹਿ ਦਿਓ ਮੰਤਰੀ ਹਾਈਕੋਰਟ ਦੀ ਮੰਨਦਾ ਨਹੀਂ। ਇਹ ਹੰਕਾਰ ਹੈ, ਠੀਕ ਹੈ। ਇੱਕ ਪ੍ਰਿੰਸੀਪਲ, ਇੱਕ ਮੈਡਮ DO ਸੀ, ਉਹਨਾਂ ਨੂੰ ਕਿਸ ਤਰ੍ਹਾਂ ਬੋਲ ਰਹੇ ਸੀ ਉਹ ਕਿ ਜਾਓ ਚਲੇ ਜਾਓ ਇੱਥੋਂ, ਐਂ ਨਹੀਂ ਹੁੰਦਾ, ਤੁਹਾਨੂੰ ਪਤਾ ਨਹੀਂ ਮੰਤਰੀ ਆ ਗਿਆ, ਮੰਤਰੀ ਆ ਗਿਆ, ਰੱਬ ਆ ਗਿਆ। ਸੋ ਇਸ ਕਰਕੇ ਹੰਕਾਰ ਜਿਹੜਾ ਉਹ ਕਿਸੇ ਵੀ ਤਰ੍ਹਾਂ ਦਾ ਮਾੜਾ ਹੈ। ਸੋ ਬਾਕੀ ਕਾਨੂੰਨ ਆਪਦੀ ਕਾਰਵਾਈ ਕਰੂਗਾ। ਹੁਣ ਇੱਥੇ ਆ ਕੇ ਤਾਂ ਕਹਿੰਦੇ ਸਾਨੂੰ ਫੜ ਲਓ,
ਜਦੋਂ ਫੜ ਲਏ ਕਹਿੰਦੇ ਕਿਉਂ ਫੜਿਆ ਇਹ ਕੀ ਗੱਲ ਉਹਦੇ ਵਿੱਚ ਰਮਨੀਤ ਬਿੱਟੂ ਨੇ ਤੁਹਾਡੇ ਸਾਥੀ ਰਹੇ ਨੇ ਉਹ ਕਹਿੰਦੇ ਨੇ ਕਿ ਬਿਨਾਂ ਦਸਤਾਵੇਜ਼ਾਂ ਤੋਂ ਉੱਥੇ ਵਿਜੀਲੈਂਸ ਦੀ ਟੀਮ ਪਹੁੰਚ ਗਈ ਕੋਈ ਕਾਗਜ਼ ਪੱਤਰ ਲੈ ਕੇ ਨਹੀਂ ਪਹੁੰਚੀ ਤੇ ਜੇ ਮਾਨ ਸਰਕਾਰ ਦੀ ਗੱਲ ਉਹ ਤੁਹਾਡੀ ਸਰਕਾਰ ਦੀ ਗੱਲ ਕਰਦੇ ਕਹਿੰਦੇ ਵਿਜੀਲੈਂਸ ਨੂੰ ਢਾਲ ਬਣਾ ਕੇ ਸਾਹਮਣੇ ਰੱਖ ਬਿੱਟੂ ਦੇ ਖਿਲਾਫ ਵੀ ਸ਼ਿਕਾਇਤ ਦਰਜ ਹੋ ਗਈ ਵਿਜੀਲੈਂਸ ਦੇ ਖਿਲਾਫ ਵੀ ਮੈਂ ਤਾਂ ਇਹ ਗੱਲ ਕਹੂੰਗਾ ਕਬੀਰਾ ਤੇਰੀ ਝੋਂਪੜੀ ਗੱਲ ਕਟੀਅਨ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਭੈ ਉਦਾਸ ਕੱਲ ਪ੍ਰਧਾਨ ਮੰਤਰੀ ਆ ਰਹੇ ਸੋ ਇਹ ਸੀ ਇਕੱਲੇ ਟ੍ਰੈਫਿਕ ਵਾਲੇ ਨਹੀਂ ਥਾਣਿਆਂ ਦੇ ਵਿੱਚ ਵੀ ਲਗਾਤਾਰ ਪੁਲਿਸ ਵੱਲੋਂ ਬਾਕੀ ਡਿਪਾਰਟਮੈਂਟ ਵੱਲੋਂ ਤਾਂ ਕਰਪਸ਼ਨ ਬੰਦ ਕਰ ਦਿੱਤੀ ਗਈ ਆ ਪਰ ਜਿਹੜੇ ਪੁਲਿਸ ਵਾਲੇ ਆ ਇਹ ਡਰਾ ਕੇ ਧਮਕਾ ਕੇ 100 ਕੇਸਾਂ 'ਚੋਂ ਕੱਢ ਲਾਂਗੇ ਰੱਖ ਲਾਂ ਕਰਕੇ ਇਹ ਥਾਣਿਆਂ 'ਚੋਂ ਵਿੱਚ ਕਰਪਸ਼ਨ ਬੰਦ ਨਹੀਂ ਹੋਈ ਇਵੇਂ ਹੀ ਜਿਹੜੇ ਟ੍ਰੈਫਿਕ ਪੁਲਿਸ ਵਾਲੇ ਆ ਉਹ ਵੀ ਮਤਲਬ ਲਗਾਤਾਰ ਲੋਕਾਂ ਨੂੰ ਪਰੇਸ਼ਾਨ ਕਰਕੇ ਲੋਕਲ ਲੋਕਾਂ ਨੂੰ ਵੀ ਪਰੇਸ਼ਾਨ ਕਰਕੇ ਅਤੇ ਉਹਨਾਂ ਕੋਲ ਜਿਹੜੇ ਪੈਸੇ ਬੜੇ ਲੰਬੇ ਸਮੇਂ ਤੋਂ ਲੈਂਦੇ ਸੀ ਕੱਲ੍ਹ ਇੱਥੋਂ ਦੇ ਕੋਹਵੀਰ ਮੇਰੇ ਕੋਲ ਗਏ ਵੀ ਉਹਨਾਂ ਕੰਪਲੇਂਟ ਵੀ ਕੀਤੀ ਅਤੇ ਅੱਜ ਜਿਹੜਾ ਵਾ ਇਹਨਾਂ ਨੂੰ ਰੰਗੇ ਹੱਥੀ ਲੋਕਾਂ ਨੇ ਜਿਹੜਾ ਫੜ ਲਿਆ ਪੈਸੇ ਦਿੱਤੇ ਆ ਬਾਅਦ 'ਚੋਂ ਪੈਸੇ ਕੱਢਦੇ ਦੀ ਪੂਰੀ ਜਿਹੜੀ ਵੀਡੀਓ ਆ ਨੰਬਰਾਂ ਦੀ ਉਹ ਵੀ ਬਣਾਈ ਆ ਇੱਥੇ ਇੱਕ ਭੈਣ ਜੀ ਹੋਣੀ ਆਏ ਉਹਨਾਂ ਦੱਸਿਆ ਵੀ ਆ ਕਿ ਸਾਡੇ ਕੋਲ ਵੀ ਇਹਨਾਂ ਨੇ 500 ਰੁਪਇਆ ਜਿਹੜਾ ਵਾ ਉਹ ਲਿਆ ਵਾ ਸੋ ਮੈਂ SSP ਸਾਹਿਬ ਨੂੰ ਕਹਿਤਾ ਸੀ ਉਹਨਾਂ ਨੇ SHO ਸਾਹਿਬ ਨੂੰ ਭੇਜਤਾ ਸੋ ਇਹਨਾਂ 'ਤੇ ਹੁਣ ਪਰਚਾ ਦਰਜ ਕਰਾਵਾਂਗੇ ਅਤੇ ਇਹਨਾਂ ਦੋਨੋਂ ਸਸਪੈਂਡ ਕਰਾਵਾਂਗੇ ਦੇਖੋ ਸਖ਼ਤ ਵੇਖੋ ਸਭ ਤੋਂ ਵੱਡੀ ਤਾਂ ਸਮਾਜ ਦੀ ਕਾਰਵਾਈ ਹੁੰਦੀ ਆ ਅਸੀਂ ਇੰਨੀਆਂ ਇੰਨੀਆਂ ਤਨਖਾਹਾਂ ਲੈਂਦੇ ਹਾਂ ਫਿਰ ਵੀ ਅਸੀਂ ਲੋਕਾਂ ਨੂੰ ਤੰਗ ਕਰਦੇ ਹਾਂ ਪਰੇਸ਼ਾਨ ਕਰਦੇ ਹਾਂ ਅਤੇ ਨਿੱਕੀ ਕਰਪਸ਼ਨ ਜਿਹੜੀ ਆ ਇਹਦਾ ਹੀ ਹਮੇਸ਼ਾ ਇਹਨਾਂ ਦਾ ਬੜੀ ਦੇਰ ਤਾਂ ਹੀ ਇੱਥੇ ਰੌਲਾ ਸੀ ਕਿ 200-200 400 ਜਿਹੜੀ ਆ ਸਾਡੇ ਕੋਲ ਲੈ ਲੈਂਦੇ ਨੇ ਸੋ SSP ਸਾਹਿਬ ਨੂੰ ਕਹਿਤਾ ਹੁਣ ਇਹਨਾਂ ਨੂੰ ਸਸਪੈਂਡ ਵੀ ਕਰਨਗੇ ਅਤੇ ਮੈਂ ਇਹਨਾਂ ਦੇ ਪਰਚੇ ਦੀ ਵੀ ਉਹਨਾਂ ਨੂੰ ਕਿਹਾ ਕਿ ਇਹਨਾਂ 'ਤੇ ਜਿਹੜਾ ਵਾ ਉਹ ਪਰਚਾ ਦਰਜ ਕੀਤਾ ਜਾਵੇ ਸੋ ਬਾਕੀ ਜੋ ਇਹਨਾਂ ਦੀ ਆਪਣੀ ਕੋਈ ਸਫਾਈ ਹੋਊਗੀ ਡਿਪਾਰਟਮੈਂਟ ਨੂੰ ਉਹ ਇਹ ਦੇ ਦੇਣਗੇ ਜਲਸਾ ਲੱਗ ਹੁਣ SHO ਸਾਹਿਬ ਆ ਰਹੇ ਹਰ ਬੰਦਾ ਨਫ਼ਰਤ ਕਰਨ ਲੱਗ ਪਿਆ ਐਸੇ ਦੁੱਖੋ ਇਹ ਨਹੀਂ ਵੇ ਵਰਦੀ ਮਾੜੀ ਆ ਇਹ ਇਹ ਸਾਡੇ ਅਸੀਂ ਇਹਦੇ ਇਸ ਵਰਦੀ ਦੇ ਸਿਰ ਤੇ ਅਸੀਂ ਲੋਕ ਘਰਾਂ 'ਚ ਸੁੱਖ ਦੀ ਨੀਂਦ ਸੌਂਦੇ ਹਾਂ ਵੀ ਥਾਣੇ ਜਾਵਾਂਗੇ ਕੋਈ ਗੱਲਬਾਤ ਹੋਊਗੀ ਔਰ ਸਾਡੇ ਅਲੇ ਬੰਦਿਆਂ ਨੇ ਖਾਕੀ ਬਦਨਾਮ ਕਰ ਸਰ ਚਲਾਣ ਉਹ ਕੱਟਣ ਡਿਆ ਉਹਨੇ ਦਿਖਾਇਆ ਵੀ ਆ ਵੀ ਚਲਾਣ ਦਿਖਾਓ ਨਾ ਸਾਹਿਬ ਦਿਖਾਓ ਜਨਾਨੀ ਉਹ ਆ ਜਿਹੜੀ ਵੇਖੋ ਗਾ ਜਿਹੜਾ ਬੱਟਿਆ ਉਹਨੇ ਹੁਣ ਹੋਰ ਚਾਹ ਸੁਣੋ ਬੰਦਾ ਗਲਤੀ ਕਰ ਰਿਹਾ ਹਾਂਜੀ ਹਾਂਜੀ ਉਹ ਗਲਤੀ ਮੰਨ ਲੈ ਤੇ ਉਹ ਵੱਜ ਜਾਂਦਾ ਤੇ ਤੁਸੀਂ 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 ਅੱਗੋਂ ਆਖੰਡੇ ਜੇ ਅਸੀਂ ਲੈਣੀ ਕਿੰਨੇ ਦਾ ਗਵਾਹ ਆ ਇੱਥੇ ਇੱਕ ਦਾ ਬੰਦਾ ਅੱਜ ਦੀ ਥੋੜਾ ਗੱਲ ਆ ਕੋਈ ਮੰਨ ਲਓ ਉਹਨਾਂ ਦੇ ਬੋਲੋ ਐ ਪਰ ਮੇਰਾ ਇਹ ਗੱਲ ਤੋਂ ਕੋਈ ਕਸੂਰ ਨਹੀਂ ਜੇ ਉਹਨਾਂ आदमी बड़ा सालों से नहीं ख्यालों से होता है। थोड़े पिंड च भी 90-90 साल के बुढ़े पाए होने मंजिया ते अद्धे पिंड नूं पता नहीं होना भी मर गया गुरनाम सिंह जी हैगा जी 90-90 साल की उम्र होगी 92-95 का भी पिया होना कोई बुढ़ा पता नहीं होना ਵੀ ਜਿਉਂਦਾ ਹੈ ਜਾਂ ਮਰ ਗਿਆ ਅਤੇ ਦੂਜੇ ਪਾਸੇ 23 ਸਾਲ ਦੀ ਉਮਰ ਸੀ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਅੱਜ ਤੱਕ ਜਿਉਂਦੇ ਨੇ ਰਹਿੰਦੀ ਦੁਨੀਆਂ ਤੱਕ ਜਿਉਂਦੇ ਰਹਿਣਗੇ ਸੋ ਆਦਮੀ ਬੜਾ ਸਾਲੋਂ ਸੇ ਨਹੀਂ ਖਿਆਲੋਂ ਸੇ ਹੋਤਾ ਖਿਆਲ ਵੱਡੇ ਸੀ ਉਹਨਾਂ ਦੇ ਸਾਹ ਲੈਣ ਨੂੰ ਜ਼ਿੰਦਗੀ ਨਹੀਂ ਕਹਿੰਦੇ ਕਿਸੇ ਲਈ ਸਾਹ ਲੈਂਦੇ ਹੋ ਕਿਸੇ ਦੇ ਸਾਹ ਬਚਾਉਂਦੇ ਹੋ ਆਪਣੇ ਲਈ ਤਾਂ ਹਰੇਕ ਜਿਉਂ ਲੈਂਦਾ ਜੇ ਕਿਸੇ ਲਈ ਕੋਈ ਪਲ ਕੱਢ ਲਿਆ ਤੁਹਾਡੇ ਕਰਕੇ ਕਿਸੇ ਦੇ ਘਰੇ ਕੋਈ ਖੁਸ਼ੀ ਆ ਗਈ ਇਹ ਤੋਂ ਵੱਡਾ ਫਿਰ ਕੋਈ ਪੁੰਨ ਨਹੀਂ ਹੈਗਾ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਵੱਖ ਵੱਖ ਜ਼ਿਲ੍ਹਿਆਂ 'ਚ ਜਾ ਕੇ ਡਿਊਟੀਆਂ ਜਦੋਂ ਕਰੋਗੇ ਤਾਂ ਲੋਕ ਤੁਹਾਡੇ 'ਤੇ ਮਾਣ ਕਰਨਗੇ ਕਿਤੇ ਲੋਕ ਤੁਹਾਡੇ ਕੋਲ ਆਉਣ ਵਾਸਤੇ ਵੀ ਸ਼ਿਕਾਇਤ ਲਾਉਣ ਵਾਸਤੇ ਵੀ ਆਉਣਗੇ ਵੀ ਉੱਥੇ ਜਾਂਦੇ ਹਾਂ ਉੱਥੇ ਇਨਸਾਫ ਮਿਲਦਾ ਹੁੰਦਾ ਵੈਸੇ ਤਾਂ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਪਰ ਫਿਰ ਵੀ ਜੇ ਬਦਲਾਅ ਕਰਨਾ ਹੋਵੇ ਚੇਂਜ ਲਿਆਉਣਾ ਹੋਵੇ ਤਾਂ ਆਪਣੇ ਵਰਗੇ ਹੀ ਚਾਹੀਦੇ ਆਮ ਲੋਕ ਉਹਦੇ ਵਾਸਤੇ ਕੋਈ ਬਹੁਤੀਆਂ ਡਿਗਰੀਆਂ ਦੀ ਲੋੜ ਨਹੀਂ ਪੈਂਦੀ ਦਿਲੋਂ ਲੋਕਾਂ ਦਾ ਸਾਥ ਦਿਓ ਦਿਲੋਂ ਇਨਸਾਫ ਦਿਓਗੇ ਸਹੀ ਪਰਚੇ ਲਿਖੇ ਜਾਣਗੇ ਔਰ ਤੁਹਾਡੇ ਹੱਥੋਂ ਕੋਈ ਗਲਤ ਫੈਸਲਾ ਨਾ ਹੋਵੇ ਇਹੀ ਅਰਦਾਸ ਕਰਦੇ ਰਹੋ ਮੈਂ ਹਰ ਰੋਜ਼ ਫੈਸਲੇ ਕਰਦਾ ਮੈਂ ਹੁਣ ਵੀ 25-30 ਫਾਈਲਾਂ ਸਾਈਨ ਕਰਕੇ ਆਇਆ
बस यही अरदास करदा हुंदा कि कोई गलत साइन ना हो जाए, परमात्मा समर्थ बख्शे, बल बख्शे कि लोगों के हक जी फैसले होन। जे लोगों ने इत्थे जिम्मेदारी दित्ती है, उस जिम्मेदारी नूं मेरी अफसर की टीम जिहड़ी आ उह निभा रही है, बैठी है सारी, तां टीम तो बिना कुछ नहीं। कल्ला तेंदुलकर, कल्ला कोहली नहीं जिता सकता, नाल दस होर चाहिए, तीन चार होर चाहिए है पानी पिआउण नूं, कदे बैट टुट गया बैट फड़ाउण नूं, ग्लव चेंज करन नूं। कई बारी 12वां 13वां 14वां 15वां खिलाड़ी खेडदे ही नहीं सारा टूरनामेंट, 11 दे 11 खेडी जांदे, पर टीम जित जांदी है गोल्ड मैडल। पर गोल्ड मैडल 15 दे 15 नूं मिलदा फिर, क्योंकि वह भी हिस्सा सी, भावें नहीं खेडे पर उन्होंने भी किसी ना किसी तरीके योगदान पाया। सो तुहाडे चों शायद बहुते डायरैक्ट ड्यूटी ते ना होण, थाने च होणगे, पर इहदा मतलब यह नहीं है कि तुसीं टीम का हिस्सा नहीं है। सो जो गोल्ड मैडल मिलेगा, पुलिस को शाबाशी मिलेगी, उदो सारे मिलेगी इकट्ठिया। सो एक टीम के तौर पर काम करो, टीम हमेशा जीती होंगी है। इंडिविजुअल जोड़े ने कदे परफॉर्म कर देंगे, कदे नहीं भी करते, पर जो टीम के हो फिर वो घाटे वाधे जोड़े पूरे हो जाते हैं। सो पंजाब पुलिस की एक टीम है, कैप्टन थोड़े DGP साहब ने, ते जो भी फैसले लैणगे उन्होंने फैसलों मनो, उन्होंने जो एक्सपैक्ट करते हैं उन्होंने तो दुगना रिजल्ट दोगे। असी आने सार जो मैं 21 मार्च 2021 में 17-18 मार्च में फैसला किया कि पंजाब पुलिस जिन्हें भी कर्मचारी ने काम करते हैं उन्होंने जन्मदिन वाले दिन उन्होंने घर एक कार्ड जाऊगा जिसे लिखा होगा हैप्पी बर्थडे, तो उन्होंने परिवार को बधाई दी जाएगी कि तुहाडे पिता जी, तुहाडे पापा, या तुहाडे जे जिन्हों भी संबोधन किया तुहाडे हसबेंड साडी पुलिस फोर्स के बहुत वधिया काम कर रहे हैं। बच्चों का हौसला बढ़ जाता, आते हैं कार्ड आते हम घर सारे। और मैं जो MP सीगा ते अज हुण चीफ मिनिस्टर हाँ, जिन्हें भी प्रोटोकॉल मुताबक सलूट बजते हैं जावांगे तां प्रोटोकॉल है, सलूट मारते हैं सड़कां ते खड़े, मैं एक भी सलूट जिहड़ा है वह अनअटेंडड नहीं छड़दा, मैं भी वापस सलूट मारदा, क्योंकि जे उधरों सलूट बज गया इधरों नहीं गौलिया बिल्कुल उवें जिवें लगेगा जिवें आपां हथ कढ लईए हथ मिलाउण वास्ते, अगे वाला बंदा हाथ ना कढे फिर की महसूस होंदा उही होगा फिर जे सलूट नूं सलूट वापस नहीं आऊगा। सो जे इज्जत करवानी है तो इज्जत करनी भी सीखो। सो इस करके मेरे दिल च तुहाडे सारयां लई बहुत इज्जत है, मैं चाहुंदा तुसीं अपने डिपार्टमेंट दे विच बैस्ट बनो और मुकाबला होवे, मुकाबले दे विचों ही फिर जिहड़ी है तरक्कियां हुंदियां ने।